ब्लॉक रैकअप करना है अच्छा मेरे चावल में सारा कट लिया है ठीक है जी ऐसे कोई गोरे ना यार सारा चावल लगा है जी ਅਸਲਾਮੁਆਲੇਕਮ ਜੀ ਹਾਜ਼ਰ ਹੋ ਤੇ ਵਾਜ਼ਰ ਹੋ ਕੀ ਹਾਲ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਪੰਜਾਬੀ ਚ ਬਣਾ ਰਿਹਾ ਤੇ ਬੜੇ ਦੁੱਖ ਦਰਦ ਤਕਲੀਫ ਨਾ ਬਣਾ ਰਿਹਾ ਐਸ ਵਾਸਤੇ ਨਹੀਂ ਕਿ ਮੈਂ ਪਾਕਿਸਤਾਨ ਪ੍ਰਾਪਰਟੀ ਦਾ ਕੰਮ ਕਰਦਾ ਸੀ ਇੱਥੇ ਆ ਕੇ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਬਲਕਿ ਐਸ ਵਾਸਤੇ ਵੀਡੀਓ ਬਣਾ ਰਿਹਾ ਆਪਣੇ ਵੀਰਾਂ ਵਾਸਤੇ ਪਾਕਿਸਤਾਨੀ ਭਰਾਵਾਂ ਵਾਸਤੇ ਆਪਣੇ ਜ਼ਰਾਤ ਦੇ ਪੇਸ਼ੇ ਨਾਲ ਤਾਲੁਕ ਰੱਖਣ ਵਾਲੇ ਵਾਸਤੇ ਇਹ ਵੇਖੋ ਅਜੀਬਾ ਚਾਵਲ ਲੱਗਾ ਆ ਜੇ ਇਹ ਇੰਡੀਅਨ ਮਸਾਲੇ ਸਾਰਾ ਪੂਰਾ ਰੈਕ ਹਲਾਕ ਹਲਾਲ ਫੂਡ ਦਾ ਸਟੋਰ ਹੈ ਲੇਕਿਨ ਪੂਰਾ ਰੈਕ ਇੰਡੀਅਨ ਮਸਾਲੇ ਪਰ ਇਹ ਵੇਖੋ ਜੀ ਪ੍ਰੋਡਕ ਚਾਵਲ ਗੋਹਰ ਚਾਵਲ ਇੰਡੀਆ ਦੇ ਜਨਾਬ ਬੰਗਲਾਦੇਸ਼ ਦੇ ਚਾਵਲ ਇੰਡੀਆ ਦੇ ਚਾਵਲ ਬੰਗਲਾਦੇਸ਼ ਦੇ ਚਾਵਲ ਉਹਨ ਪਾਕਿਸਤਾਨੀ ਜਿਹੜੇ ਨੇ ਰਾਈਸ ਪ੍ਰੋਡਿਊਸਰ ਜਿਹੜੇ ਨੇ ਉਹਨਾਂ ਨਾਲ ਕੀ ਹੋ ਰਿਹਾ ਹੈ ਉਹ ਸਿਰਫ ਆਪਣੀ ਲੋਕਲ ਮੰਡੀ ਨੂੰ ਹੀ ਦੇਖ ਰਹੇ ਨੇ ਉਹ ਬਾਹਰਲ ਤੇ ਹਾਨੀ ਨਹੀਂ ਕਰਦੇ ਹੈ ਜਦਕਿ ਹੋ ਗੀ ਰਿਹਾ ਹੈ ਯੂਕੇ ਸਪੇਨ ਇਟਲੀ ਇੱਥੇ ਲੋਕ ਬੈਠੇ ਹੋਏ ਨੇ ਇੰਡੀਅਨ ਲੋਕ ਬੈਠੇ ਹੋਏ ਨੇ ਪਾਕਿਸਤਾਨ ਤੋਂ ਚਾਵਲ ਮੰਗਵਾਉਂਦੇ ਨੇ ਆਪਣੀ ਸਟੈਂਪ ਲਾਉਂਦੇ ਨੇ ਆਪਣਾ ਮਾਰਕਾ ਲਾਉਂਦੇ ਨੇ ਇਹਨਾਂ ਯੂਰਪੀ ਮੁਲਕਾਂ ਵਿੱਚ ਚਾਵਲ ਭੇਜਦੇ ਨੇ ਤੇ ਬਹੁਤ ਸਾਰੇ ਪਾਕਿਸਤਾਨੀ ਸਾਡੇ ਇੰਟਰਪ੍ਰੀਨਰ ਨੇ ਜਿਨ੍ਹਾਂ ਵਿੱਚ ਕਿ ਤੁਸੀਂ ਸਾਬ ਲਾ ਲੋ ਵੀ ਸਾਡਾ ਆਜ਼ਾਦ ਚਾਇਆਲਾ ਹੋ ਗਿਆ ਇੱਕ ਹੋਰ ਨੇ ਉਹ ਥੋੜੇ ਜਿਹਾ ਭਾਈ ਅਗੋਂ ਦੀ ਸੇਰ ਉਹਨਾਂ ਦਾ ਵਿਲ ਹੈ ਲੇਕਿਨ ਉਹ ਬੜੀਆਂ ਕੰਮ ਦੀਆਂ ਗੱਲਾਂ ਕਰਦੇ ਨੇ ਤੁਸੀਂ ਉਹਨਾਂ ਦੀ ਕੰਮ ਦੀਆਂ ਗੱਲਾਂ ਤੇ ਗੌਰ ਨਹੀਂ ਕਰਦੇ ਆ ਤੇ ਭਾਈ ਜਾਨ مشورہ ਹੈ ਜੇ ਆਪਣੀ ਚੈਂਬਰ ਆਫ ਕਾਮਰਸ ਜਾਓ ਠੀਕ ਹੈ ਔਰ ਖਾਸ ਤੌਰ ਤੇ ਜਿਹੜੀ ਸਾਡੀ ਯੂਥ ਹੈ ਜਿਹੜੇ ਨੇ ਬਾਹਰਾਂ ਕੀਤੀਆਂ ਪੜ੍ਹਨਾ ਲਿਖਣਾ ਜਾਣਦੇ ਨੇ ਚੈਂਬਰ ਆਫ ਕਾਮਰਸ ਜਾਣ ਆਪਣੀ ਕੰਪਨੀ ਇੰਟਰੋਡਿਊਸ ਕਰਾਨ ਆਪਣੀ ਕੰਪਨੀ ਬਣਾਉਣ ਥੋੜੇ ਜਿਹਾ ਪੈਸੇ ਨਾਲ ਕੰਪਨੀ ਬਣ ਜਾਂਦੀ ਹੈ ਕਿਸੇ ਕੋਲੋਂ ਉਧਾਰ ਫੜ ਲਓ ਪੈ ਉਨਵਾਹਣਾ ਪੈਜਰ ਮੈਂ ਤੁਹਾਨੂੰ ਵਾਪਸ ਕਰ ਦਾਂਗਾ ਠੀਕ ਹੈ ਤੇ ਵਾਪਸ ਲਾਜ਼ਮੀ ਕਰਿਓ ਤੇ ਆਪਣੀ ਕੰਪਨੀ ਬਣਾਣ ਕੰਪਨੀ ਰਿਸਟਰਡ ਕਰਾਣ ਇੱਥੇ ਕਿਸੇ ਬੰਦੇ ਨਾਲ ਫਿਨਲੈਂਡ ਦੇ ਅੰਦਰ ਯੂਰਪ ਇਟਲੀ ਜਰਮਨੀ ਆਨਲਾਈਨ ਸਰਚ ਕਰਨ ਤੁਹਾਨੂੰ ਕੋਈ ਨਾ ਕੋਈ ਬੰਦਾ ਐਸਾ ਮਿਲ ਜਾਏਗਾ ਜਿਹਦੀ ਇੱਥੇ ਕੰਪਨੀ ਹੋਏਗੀ ਤੁਸੀਂ ਉਹਦੇ ਨਾਲ ਰਾਬਤਾ ਕਰੋ ਠੀਕ ਹੈ ਹਲਾਲ ਫੂਡ ਵਾਲੇ ਜਿਹੜੇ ਬ੍ਰੈਂਡ ਨੇ ਇਹਨਾਂ ਯੂਰੋਪੀ ਕੰਟਰੀਜ਼ ਆ ਉਹਨਾਂ ਦੇ ਨਾਲ ਰਾਬਤਾ ਕਰੋ ਉਹ ਤੁਹਾਨੂੰ ਇਨਸ਼ਾਅੱਲਾ ਤੇ ਆਪਣਾ ਮਾਰਕਾ ਬਣਾਓ ਨਮਕ ਪਿੰਕ ਸਾਲਟ ਬਹੁਤ ਵੱਡੀ ਮੰਡੀ ਹੈ ਅਮਰੀਕਾ वस्ती जोड़ा यूरोप है सेंट्रल यूरोप हो गया ठीक है ईस्टर्न यूरोप हो गया वैसटर्न यूरोप हो गया जितने कंट्रीज़ ने बहुत व्डी मंडी नमक द इन्ह को नमक नहीं है इन्हों को चीनी नहीं है ठीक है इन्हों को दाल नहीं है ये दालों कितों हैं इंडिया तो मिसर तो ठीक है ਕੋਸ਼ਿ ਸਾਡੇ ਜਿਹੜੇ ਮਗਰਬੀ ਅਰਬ ਅਰਬ ਕੰਟਰੀਜ਼ ਨੇ ਜਿਨ੍ਹਾਂ ਵਿੱਚ ਸਾਡੇ ਕੋਲ ਆ ਜਾਂਦਾ ਹੈ ਟਿਊਨੀਸ ਵਗੈਰਾ ਆ ਜਾਂਦਾ ਹੈ ਠੀਕ ਹੈ ﺍﻟຈਜ਼ਾਇਰ ਆ ਜਾਂਦੇ ਇੱਥੋਂ ਅਜਿਹਾ ਪ੍ਰੋਡਕਟ ਕਰਦੇ ਪਾਕਿਸਤਾਨ ਮੈਂ ਕਹਿੰਨਾ ਤੁਸੀਂ ਅਗਰ ਗੋਇਆ ਵੀ ਪੈਕ ਕਰਕੇ ਗੋਇਆ ਸਮਝਦੇ ਹੋ ਨਾ ਜਾਨਵਰਾਂ ਦਾ ਜਿਹੜਾ ਮਲ ਹੁੰਦਾ ਉਹਨੂੰ ਵੀ ਅਗਰ ਪੈਕ ਕਰਕੇ ਅੱਛਾ ਰਿਫਾਈਨ ਕਰਕੇ ਪੈਕਿੰਗ ਆਲਾ ਹੋਏਗੀ ਨਾ ਤੇ ਉਹ ਵੀ ਇੱਥੇ ਵਿਕਦਾ ਜੇ ਇੱਥੇ ਛੋਟੇ ਛੋਟੇ ਗਮਲਿਆਂ 'ਚ ਪੌਦੇ ਨਿੰਬੂ ਜਨੂੰ ਇੱਕ ਦੋ ਲੱਗੇ ਉਹਨੇ ਇੱਕ ਦੋ ਪੱਤੇ ਲੱਗੇ ਉਹਨਾਂ 10 ਸ਼ੋਰੋ ਦਾ ਪੌਦਾ ਛੋਟਾ ਜਿਹਾ ਵਿਕਦਾ ਮੈਂ ਤੁਹਾਨੂੰ ਕੀ ਕੀ ਮ ਠੀਕ ਹੈ ਕਰਾਚੀ ਵਿੱਚ ਇਹਨਾਂ ਦਾ ਪ੍ਰੋਸੈਸਿੰਗ ਯੂਨਿਟ ਹੈ ਫਲਕ ਆਲੇਓ ਅਗਰ ਤੁਸੀਂ ਸੁਣ ਰਹੇ ਹੋ ਸ਼ਾਬਾਸ਼ ਹੈ ਬੜਾ ਅੱਛਾ ਕੰਮ ਕਰ ਰਹੇ ਹੋ ਇਸ ਕੰਮ ਨੂੰ ਮਜ਼ੀਦ ਵਧਾਓ ਸ਼ਾਨ ਦੇ ਮਸਾਲੇ ਇੱਥੇ ਮੌਜੂਦ ਨੇ ਫਲਕ ਮੌਜੂਦ ਹੈ ਔਰ ਇਹ ਦੋ ਆਈਟਮ ਮੈਨੂੰ ਪਾਕਿਸਤਾਨੀ ਨਜ਼ਰ ਆਇਆ ਨੇ ਇਸ ਤੋਂ ਬਾਅਦ ਮੈਨੂੰ ਤੀਸਰਾ ਪਾਕਿਸਤਾਨੀ ਆਈਟਮ ਇੱਥੇ ਨਜ਼ਰ ਨਹੀਂ ਆਇਆ ਠੀਕ ਹੈ ਤੇ ਪਾਕਿਸਤਾਨ ਨੇ ਦਾਲਾਂ ਇੱਕ ਬਹੁਤ ਵੱਡੀ ਜਿੰਸ ਹੈ ਜਿਹਨੂੰ ਤੁਸੀਂ ਮੰਡੀ ਤੋਂ ਪਰਚੇਸ ਕਰਕੇ ਤੇ ਆਪਣਾ ਬ੍ਰਾਂਡ ਬਣਾ ਕੇ ਇਨਾ ਮੁਲਕਾਂ ਚ ਐਕਸਪੋਰਟ ਕਰ ਸਕੋ ਇੰਪੋਰਟ ਐਕਸਪੋਰਟ ਦਾ ਕੰਮ ਸਿੱਖੋ ਬਹੁਤ ਜ਼ਬਰਦਸਤ ਕੰਮ ਹੈ ਇੰਪੋਰਟ ਐਕਸਪੋਰਟ ਦਾ ਕੰਮ ਠੀਕ ਹੋ ਗਿਆ ਜੀ ਤੇ ਉਹਦੇ ਵੀ ਬੜਾ ਮਾਰਜਨ ਜੇ ਜਬਕੇ ਬਾਕੀ ਮੁਲਕ ਜਿਹੜੇ ਨੇ ਉਹ ਸਾਡੇ ਤੋਂ ਅੱਗੇ ਨਿਕਲ ਗਏ ਜੇ ਆਪਸ ਦੀ ਗੱਲ ਹੈ ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ ਹਲਾਲ ਫੂਡ ਦੇ ਵਿੱਚ ਇੰਡੀਆ ਦੇ ਪੂਰੇ ਯੂਰਪ ਦੇ ਅੰਦਰ ਜਿਹੜਾ ਨਾ ਬ੍ਰਾਂਡ ਛਾਏ ਹੋਏ ਨੇ ਠੀਕ ਹੈ ਤੇ ਉਸ ਤੋਂ ਇਲਾਵਾ ਬੰਗਲਾਦੇਸ਼ ਤੋਂ ਤਾਜ ਮਸਾਲੇ ਬੰਗਲਾਦੇਸ਼ ਦੀ ਗਾਰਮੈਂਟ ਸੇ ਆਲਰੇਡੀ ਹੈ ਹੀ ਹੈ ਉਹਨਾਂ ਦਾ ਚਾਵਲ ਇੱਕ ਬੜੀ ਵੱਡੀ ਮੇਜਰ ਚੀਜ਼ ਹੈ ਪਾਕਿਸਤਾਨ ਦਾ 70% ਜ਼ਰਾਤ ਡ ਤੁਸੀਂ ਤੇ ਮਰ ਹੀ ਗਏ ਹੋ ਜਿਹੜਾ ਨਾ ਉਠੋ ਕੋ ਪੈਰਾਂ ਤੇ ਖਲੋਓ ਕੋ ਪਾਰ ਪਾਓ ਆਪਣੇ ਮੋਢਿਆਂ ਦੇ ਉੱਤੇ ਤੇ ਮੈਂ ਤੁਹਾਨੂੰ ਕੀ ਕਿਵੇਂ ਕਿਵੇਂ ਸਮਝਾਵਾਂ ਯਾਰ ਕਿਵੇਂ ਤੁਹਾਨੂੰ ਸਮਝਾਵਾਂ ਇਹੜੇ ਵੱਡੇ ਲੋਕ ਨੇ ਨਾ ਮਿਲਾਂ ਵਾਲੇ ਠੀਕ ਹੈ ਇਹ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੇ ਜਿਵੇਂ ਸਿੰਧ ਦੇ ਵਿੱਚ ਵਡੇਰੇ ਨੇ ਵਡੇਰੇ ਜਿਹੜੇ ਨੇ ਉਹਨਾਂ ਨੂੰ ਆਪਣੇ ਕਮੀਆਂ ਨੂੰ ਅੱਗੇ ਨਹੀਂ ਨਾ ਵਧਣ ਦਿੰਦੇ ਮੈਂ ਸਾਬ ਲਾਇਆ ਮਿਲਾਂ ਵਾਲੇ ਜਿਹੜੇ ਵੱਡੇ ਤਾਜਰ ਲੋਕ ਨੇ ਇਹ ਵੀ ਮਾੜੇ ਬੰਦੇ ਉਹਨਾਂ ਅੱਗੇ ਨਹੀਂ ਵਧਣ ਦਿੰਦੇ ਐ ਉਜੀ ਕਿਨਮਾ ਨੂੰ ਤਾਂ ਚਾਈਨਾ ਕੋਲੋਂ ਛੋਟੀਆਂ-ਛੋਟੀਆਂ ਮਸ਼ੀਨਾਂ ਮਿਲਦੀਆਂ ਨੇ ਪੈਕਿੰਗ ਵਾਲੀਆਂ ਗ੍ਰਾਫਿਕ ਡਿਜ਼ਾਈਨਰ ਮੁੰਡਾ ਲੱਭੋ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਵਾਲੀ ਦੁਕਾਨ ਤੋਂ ਠੀਕ ਆ ਉਹਨੂੰ ਆਖੋ ਯਾਰ ਇਹ ਪ੍ਰਿੰਟ ਸਾਨੂੰ ਡਿਜ਼ਾਈਨ ਕਰਕੇ ਉਹਨੂੰ ਸੈਂਪਲ ਦਿਖਾਓ 2-2 ਕਿਲੋ ਵਾਲੇ 1-1 ਕਿਲੋ ਵਾਲੇ ਅਦਾ-ਅਦਾ ਕਿਲੋ ਵਾਲੇ ਸ਼ਾਪਰ ਥੈਲੇ ਬਣਾਓ ਚਾਵਲਾਂ ਦੇ ਦਾਲਾਂ ਦੇ ਅਦਾ-ਅਦਾ ਕਿਲੋ ਵਾਲੀ ਪੈਕਿੰਗ ਬਣਾਓ ਜ਼ਬਰਦਸਤ ਜਿਹਦੇ 'ਤੇ ਟ੍ਰਾਂਸਲੇਸ਼ਨ ਵੀ ਲਿਖੀ ਹੋਵੇ ਜਿਸ ਮਰਗ ਨੂੰ ਤੁਸੀਂ ਐਕਸਪੋਰਟ ਕਰ ਰਹੇ ਹੋ ਇੰਪੋਰਟ ਐਕਸਪੋਰਟ ਲਾਇਸੈਂਸ ਲਵੋ ਚੈਂਬਰ ਆਫ ਕਾਮਰਸ ਰਿਸਟਰਡ ਹੋਵੋ साढ़े चैंबर ऑफ वाले काम सारे मेरा बस इलेक्शन कराने जोर रखते हैं और इनका कोई काम नहीं है जी अच्छ जनाब फलाना यूनियन द इलेक्शन हो रहे हैं अब फला यूनियन के इलेक्शन हो रहे हैं जी अब फलाने तारड़ साहब जित गए हैं तो अच्छे फलाने मेकन साहब जित गए हैं इन्हों का एक्सपोर्ट इंपोर्ट वाल कोई ध्यान नहीं जी है, करम, है तो बुरा करम मुल्कों ना डबोवो हजे भी थोड़े को वरना बड़ा बुरा हाल होगा इराक हार ईरान हर पाबंदिया लगनगियां आई एम एफ ने मजीद शरत जखत कर दी ਮ ਪਾਕਿਸਤਾਨ ਬੜਾ ਵਧੀਆ ਬਿਹਤਰੀਨ ਕੰਮ ਕਰਦਾ ਸੀ ਇੱਥੇ ਤੁਹਾਡੇ ਸਾਹਮਣੇ ਹੁਣ ਜਨਾਬ ਹੈ ਵੇਖੋ ਇਹ ਤੁਹਾਨੂੰ ਮੈਂ ਚਾਵਲ ਦਿਖਾ ਰਿਹਾ ਜੈਸਮੀਨ ਚਾਵਲ ਹੈ ਕਿਸੇ ਨਾ ਕੰਮ ਦਾ ਚਾਵਲ ਹੈ ਮੇਰੇ ਖਿਆਲ ਉਥੋਂ ਇੰਡੋਨੇਸ਼ੀਆ ਵਾਲੀ ਸਾਈਡ ਤੋਂ ਆਂਦਾ ਹੈ ਤੇ ਇਹ ਵੇਖੋ ਇਹਨਾਂ ਨੇ ਪੈਕਿੰਗ ਚੈੱਕ ਕਰੋ ਕਿੰਨੀ ਖੂਬਸੂਰਤ ਪੈਕਿੰਗ ਕੀਤੀ ਵਿੱਚ ਭਾਵੇਂ ਕੁਝ ਹੈ ਜਾਂ ਨਹੀਂ ਹੈ ਉਹ ਇੱਕ ਮਾਰਕੀਟਿੰਗ ਐਕਸਪਰਟ ਵੀ ਕਹਿੰਦਾ ਭਾਏ ਤੁਹਾਡੀ ਪੈਕਿੰਗ ਹੋਏਗੀ ਨਾ ਵਿੱਚ ਭਾਵੇਂ ਗੂੰ ਵੀ ਪਾ ਕੇ ਦੇਓਗੇ ਨਾ ਤੇ ਅਗਲੇ ਖਾ ਲੈਣਗੇ ਸਮਝ ਆ ਰਹੀ ਮੇਰੀ ਗੱਲ ਦੀ ਅੱਛੀ ਪੈਕਿੰਗ ਬਣਾਓ ਮਸਾਲਿਆਂ ਦੀ ਅਕਬਰੀ ਮੰਡੀ ਵਾਲਿਓ ਤੁਸੀਂ ਵੀ ਸੁਣ ਲਓ ਤੁਸੀਂ ਬਸ ਅਕਬਰੀ ਮੰਡੀ ਤੱਕ ਹੀ ਮ限定 ਰਹਿੰਦੇ ਤੁਸੀਂ ਕਹਿੰਦੇ ਬਸ ਗਾਹ ਸਾਡੇ ਕੋਲ ਟਰ ਕੇ ਆ ਜਾਏ ਅਸੀਂ ਨਾ ਕਿਸੇ ਕੋਲ ਜਾਈਏ ਹਾਂ ਉਹ ਯਾਰ ਕੋ ਆਪਣੇ ਬੰਦੇ ਆਈਟੀ ਦੀ ਟੀਮ ਹਾਇਰ ਕਰੋ ਮਕਾਨ ਇੱਕ ਰੈਂਟ ਤੇ ਲਵੋ ਠੀਕ ਹੈ ਰੁਪਈਆ ਤੁਹਾਡਾ ਲੱਖ ਲੱਗ ਜਾਏਗਾ 2 ਲੱਗ ਜਾਏਗਾ ਤੁਹਾਡਾ ਮਹੀਨੇ ਦੇ ਦੋ ਦੇ ਅੰਦਰ ਤਿੰਨ ਦੇ ਅੰਦਰ ਬੜਾ ਅੱਛਾ ਸੈਟਅਪ ਰਿਸਕ ਹੀ ਹੈ ਨਾ ਤੁਸੀਂ ਰਿਸਕ ਲਵੋ ਤੁਹਾਡਾ ਬੜਾ ਅੱਛਾ ਸੈਟ ਹੈ ਵੇਖੋ ਥੈਲੇ ਵੇਖੋ ਕਿੰਸੀ ਜ਼ਬਰਦਸਤ ਬੋਰੀਆਂ ਥੈਲੇ ਸੀਤੇ ਹੋਏ ਨੇ ਜਿਹੜਾ ਨਾ ਇਹ ਸਭ ਚਾਵਲ ਇੰਡੀਆ ਤੋਂ ਆਇਆ ਜੇ ਪਰੇਸ਼ਾਨ ਨਹੀਂ ਹੋਣਾ ਕੰਪਨੀ ਇੱਕ ਹੀ ਹੈ ਸਾਤ ਰੰਗਾਂ ਦੇ ਚਾਵਲ ਉਹਨੇ ਕੱਢਦੇ ਨੇ ਚਾਵਲ ਭਾਵੇਂ ਇੱਕੋ ਹੀ ਹੋਵੇ ਐ ਵੇਖੋ ਜੀ ਐ ਮੈਟ ਕੋ ਕਰਾਚੀ ਐ ਫਲਕ ਰਾਈਸ ਨਾ ਮੈਟ ਕੋ ਰਾਈਸ ਪ੍ਰੋਸੈਸਿੰਗ ਯੂਨਿਟ ਐ ਕਰਾਚੀ ਦਾ ਇਹਨਾਂ ਦੀ ਮੈਂ ਗੱਲ ਕਰ ਰਿਹਾ ਐ ਮੈਂ ਨਵਾਂ ਸੈਟਅਪ ਲਾ ਰਹੇ ਹਾਂ ਇੱਥੇ ਠੀਕ ਐ ਤੇ ਬਰਲੇ ਨਾ ਸਮਝੋ ਕਿ ਮੇਰੀ ਕੋ ਥੇ ਪੱਕੀ ਜਵਾਬ ਹੈ ਜਾਂ ਮੇਰਾ ਬਿਜ਼ਨਸ ਵਿੱਚ ਹੈ ਤੇ ਮਾੜੀ ਮੋਟੀ ਦਿਹਾੜੀ ਦੂੜੀ ਕਰ ਲਈ ਦੀ ਇੱਥੇ ਤੇ ਬਾਕੀ ਖਾਨ ਜਿਹੜਾ ਨਾ ਦਿਹਾੜੀਆਂ ਕਰਨ ਬੜਾ ਸ਼ੈ ਐ ਵੇਖੋ ਨਾ ਆਟਾ ਆਟਾ ਯਾਰ ਭੇਜੋ ਪਾਕਿਸਤਾਨ ਤੋਂ ਪਰ ਗੱਲ ਕਰਨ ਦੀ ਹੈ ਵੀ ਤੁਹਾਨੂੰ ਪਾਕਿਸਤਾਨ ਆਪ ਨਹੀਂ ਆਟਾ ਲੱਭਦਾ ਤਾਂ ਤੁਸੀਂ ਬਾਹਰ ਕੀ ਭੇਜਣਾ ਹੈ ਗੱਲ ਤੇ ਹੈ ਹੋਈ ਨਾ ਤੇ ਜਿਹੜੇ ਵਿਲੇ ਨੇ ਨਾ ਉਹ ਭਾਈ ਦੋ ਚਾਰ ਕਿੱਲੇ ਜ਼ਮੀਨ ਲੈ ਕੇ ਠੇਕੇ ਤੇ ਵਾਹ ਕੇ ਤੇ ਵਾਈ ਵੀਜੀ ਕਰ ਲੋ ਘਰ ਦੀ ਕਣਕ ਤੇ ਹੋ ਜਾਏਗੀ ਤੁਹਾਡੀ ਕਿ ਬੇਸ਼ਰਮੋ ਐਵੇਂ ਹੀ ਬਸ ਉਹ ਕੀ ਸਿਆਣੇ ਆਖੇ ਕਿਸੇ ਬੇਸ਼ਰਮ ਦੀ ਪਿੱਠ ਪਿੱਛੇ ਜਨਾਬ ਮੇਰੀ ਹੋ ਗਈ ਤੇ ਉਥੋਂ ਹੀ ਬੇਰ ਤੋਂ ਥੋੜੀ ਖਾਂਦਾ ਰਿਆ ਉਹ ਹਿਸਾਬ ਹੈ ਕਿ ਕੋ ਅੱਗੇ ਵਦੋ ਪੈਰ ਪੁੱਟੋ ਪੁੱਟੋ ਪੈਰ ਇਹ ਵੇਖੋ ਚਾਵਲਾਂ